ਪ੍ਰਾਈਮੇਸ਼ਰ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਰੂਸ ਅਤੇ ਯੂਕਰੇਨ ਦੇ ਬਾਰੇ ਕਿਉਂਕਿ ਸਥਿਤੀ ਤਣਾਅਪੂਰਵਕ ਬਣੀ ਹੋਈ ਹੈ ਜਦੋਂ ਦੀ ਲੜਾਈ ਲੱਗੀ ਹੈ ਬਹੁਤ ਸਾਰੀਆਂ ਚਿੰਤਾਵਾਂ ਵਧਦੀਆਂ ਜਾ ਰਹੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਮਹਿੰਗਾਈ ਵੀ ਵਧਦੀ ਜਾ ਰਹੀ ਹੈ ਰੂਸ ਲਗਾਤਾਰ ਕਬਜ਼ਾ ਕਰਦਾ ਜਾ ਰਿਹਾ ਹੈ ਉਸ ਤੋਂ ਬਾਅਦ ਪੰਜਾਬ ਦੀ ਵੀ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਲੀਡਰਾਂ ਦੀ ਬੇਚੈਨੀ ਵੀ ਵਧਦੀ ਜਾ ਰਹੀ ਹੈ ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਸ ਜੀ ਸ਼੍ਰੀਮਾਨ ਪੰਸਾਬ ਦੂਸਰੇ ਗੇਟ ਦੀ ਗੱਲਬਾਤ ਹੋਈ ਹੈ ਕੱਲ ਰੂਸ ਤੇ ਯੂਕਰੇਨ ਦੀ ਪਰ ਸਥਿਤੀ ਸਪਸ਼ਟ ਨਹੀਂ ਹੋ ਰਹੀ ਰੂਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੀ ਲੱਗਦਾ ਹੈ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਕਿਉਂਕਿ ਲਗਾਤਾਰ ਕਬਜ਼ਾ ਵਧਦਾ ਜਾ ਰਿਹਾ ਦੇਖੋ ਹੁਣ ਤੱਕ ਇੱਧਰ ਉੱਧਰ ਦੇ ਲੋਕ ਕਹਿੰਦੇ ਸੀ ਗੱਲਬਾਤ ਕਰੋ ਜੀ ਕੱਲ ਪਹਿਲੀ ਵਾਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਆਖਿਆ ਕਿ ਰੂਸ ਨੇ ਫਰਾਸ ਦੇ ਰਾਸ਼ਟਰਪਤੀ ਨਾਲ ਵੀ ਤੇ ਗੱਲ ਕੀਤੀ ਹੈ ਮੈਂ ਰੂਸ ਵਾਲਾ ਨੂੰ ਕਹਿਣਾ ਕਿ ਆਜੋ ਆਪਾਂ ਬੈਠ ਕੇ ਗੱਲ ਕਰ ਲਈਏ ਇਹ ਕਿਸੇ ਦਾ ਸਿੱਧਾ ਨਹੀਂ ਬੁਲਾਵਾ ਪਾ ਕੇ ਸੱਦਾ ਸੀ ਕਿ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਜੀ ਅੱਗੋਂ ਰੂਸ ਦੇ ਵਿਦੇਸ਼ ਮੰਤਰੀ ਨੇ ਕਹਿਤਾ ਕਿ ਗੱਲ ਅਸੀਂ ਕਰਨ ਨੂੰ ਤਿਆਰ ਹਾਂ ਬੈਠਾਂਗੇ ਤੁਹਾਡੇ ਨਾਲ ਪਰ ਹਮਲੇ ਜਾਰੀ ਰਹਿਣਗੇ ਜੀ ਇਹਦੇ ਤੋਂ ਕੁਝ ਲੋਕ ਇਹ ਸਮਝਦੇ ਆ ਕਿ ਰੂਸ ਨੇ ਉਹਨੂੰ ਇੱਕ ਧਮਕੀ ਦਿੱਤੀ ਹੈ ਕਿ ਹਮਲੇ ਜਾਰੀ ਰਹਿਣਗੇ ਗੱਲਬਾਤ ਦੀ ਫੂਕ ਤਾਂ ਆਉਦੋਂ ਹੀ ਨਿਕਲ ਗਈ ਫਾਇਦਾ ਕੋਈ ਨਹੀਂ ਇਹ ਗੱਲ ਨਹੀਂ ਹੁੰਦੀ ਸਾਡੇ ਕੋਲ ਜੰਗਾਂ ਦਾ ਪਿਛਲਾ ਤਜਰਬਾ ਇਤਿਹਾਸ ਹੈਗਾ ਉਹਨੂੰ ਵੇਖਿਆ ਜਾ ਸਕਦਾ 1965 ਦੀ ਜੰਗ ਲੱਗੀ ਦੋਵੇਂ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਾਲੇ ਜਿਹੜੇ ਸੀ ਇਹਨਾਂ ਦੀਆਂ ਤੋਪਾਂ ਚੱਲਦੀਆਂ ਟੈਂਕ ਗੋਲੇ ਸੁੱਟਦੇ ਸੀ ਫੌਜੀ ਲੜਦੇ ਸਨ ਜੀ ਸੋਵੀਅਤ ਯੂਨੀਅਨ ਨੇ ਵਿਚੋਲਗੀ ਸ਼ੁਰੂ ਕੀਤੀ ਪਾਕਿਸਤਾਨ ਦੇ ਮਾਰਸ਼ਲ ਅਯੂਬ ਖਾਨ ਨੂੰ ਸੱਦ ਲਿਆ ਉਹ ਜੂਬੈਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਸਾਡੇ ਪ੍ਰਧਾਨ ਮੰਤਰੀ ਲਾਲਬਹਾਦਰ ਸ਼ਾਸਤਰੀ ਨੂੰ ਸੱਦ ਲਿਆ ਇਹ ਦੋਵੇਂ ਉਧਰ ਨੂੰ ਤੁਰ ਗਏ ਤੇ ਦੋਵਾਂ ਦੀਆਂ ਤੋਪਾਂ ਦੇ ਗੋਲੇ ਅਜੇ ਵੀ ਚੱਲਦੇ ਸੀ ਇਹ ਉੱਥੇ ਜਾ ਕੇ ਬੈਠ ਗਏ ਮੀਟਿੰਗਾਂ ਕਰਨ ਲੱਪੇ ਗੋਲੇ ਅਜੇ ਵੀ ਚੱਲਦੇ ਸੀ ਮੀਟਿੰਗਾਂ ਕਰਨ ਤੋਂ ਬਾਅਦ ਫਿਰ ਇੱਕ ਮਾਮਲੇ ਦੇ ਉੱਤੇ ਜਾ ਕੇ ਤਹਿ ਵਹਿਗੇ ਸਮਝੌਤਾ ਹੋ ਗਿਆ ਸਮਝੌਤਾ ਹੋਣ ਵੇਲੇ ਵੀ ਗੱਲ ਚੱਲਦੇ ਸੀ ਸਮਝੌਤੇ ਹੋਣ ਤੋਂ ਬਾਅਦ ਵੀ ਚੱਲਦੇ ਰਹੇ ਕਿਉਂਕਿ ਫੈਸਲਾ ਹੋਇਆ ਸੀ ਕਿ ਅੱਜ ਰਾਤ ਨੂੰ 8:00 ਵਜੇ ਦੋਵੇਂ ਤਰਾਂ ਦੀਆਂ ਫੌਜਾਂ ਜੰਗਬੰਦੀ ਕਰਨਗੀਆਂ ਉਹ ਮਿੱਥੇ ਸਮੇਂ ਤੋਂ ਪਹਿਲਾਂ ਜੇ ਕੋਈ ਆਪਣੇ ਧਿਰ ਨੂੰ ਕਹਿ ਦੇਉ ਕਿ ਤੁਸੀਂ ਗੋਲੇ ਰੋਕ ਦਿਓ ਦੂਸਰੇ ਆ ਕੇ ਉਹਦੇ 10 ਮਿੰਟ ਹੋਰ ਕਬਜ਼ੇ 'ਚ ਕਰ ਲੈਣ ਭਾਵੇਂ ਭਾਰਤ ਵਾਲੇ ਪਾਕਿਸਤਾਨ ਦੇ ਕਰਨ ਭਾਵੇਂ ਪਾਕਿਸਤਾਨ ਦੇ ਭਾਰਤ ਵਾਲੇ ਕਰਨ ਜੰਗਬੰਦੀ ਸਮਝੌਤਾ ਹੋਣ ਤੋਂ ਬਾਅਦ ਵੀ ਹੋ ਸਕਦੇ ਸੀ ਇਸ ਕਰਕੇ ਸਮਝੌਤਾ ਹੋਣ ਤੋਂ ਬਾਅਦ ਵੀ ਟਾਈਮ ਦਿੱਤਾ ਜਾਂਦਾ ਕਿ ਹੁਣ ਤੋਂ ਇੰਨੇ ਘੰਟੇ ਬਾਅਦ ਇੰਨੇ ਵੱਜ ਕੇ ਇੰਨੇ ਮਿੰਟ ਤੇ ਭਾਰਤੀ ਟਾਈਮ ਆ ਹੋਵੇਗਾ ਪਾਕਿਸਤਾਨੀ ਟਾਈਮ ਐ ਹੋਵੇਗਾ ਜਦੋਂ ਜੰਗਬੰਦੀ ਹੋਵੇਗੀ ਜੀ ਰੂਸ ਵਾਲਿਆਂ ਨੇ ਵੀ ਕੋਈ ਵੱਖਰੀ ਗੱਲ ਨਹੀਂ ਆਖੀ ਉਹਨੇ ਆਖਿਆ ਠੀਕ ਹੈ ਜੰਗਬੰਦੀ ਕਰਨ ਨੂੰ ਤਿਆਰ ਹੈ ਜੰਗਬੰਦੀ ਦੀ ਗੱਲਬਾਤ ਕਰਨ ਨੂੰ ਤਿਆਰ ਪਰ ਉਹਨਾਂ ਚਿਰ ਤੱਕ ਹਮਲੇ ਜਾਰੀ ਰਹਿਣਗੇ ਜੇ ਉਹਨਾਂ ਦੇ ਜਾਰੀ ਰਹਿਣਗੇ ਤੇ ਇਹ ਵੀ ਤੇ ਲੜੀ ਜਾ ਰਿਹਾ ਅੱਜ ਪਤਾ ਲੱਗਾ ਕਿ 25 ਦੇਸ਼ਾਂ ਦੇ ਵਿੱਚੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਜਾ ਰਹੀ ਹੈ ਉਹ ਸਾਰੀ ਸਪਲਾਈ ਨੇੜਲੇ ਦੋ ਦੇਸ਼ਾਂ ਵਿੱਚ ਦੀ ਖਾਸ ਕਰਕੇ ਪੋਲੈਂਡ ਵਿੱਚ ਦੀ ਜਾ ਰਹੀ ਹੈ। ਇਹਦੇ ਉੱਤੇ ਰੂਸੀਆਂ ਨੇ ਕੌੜਿਆ ਕਿਉਂਕਿ ਪੋਲੈਂਡ ਵੀ ਫਰਾਂਸ ਵੀ ਇਹ ਯੂਕਰੇਨ ਵੀ ਨਾਲ ਦੇ ਕਈ ਦੇਸ਼ ਵੀ ਹਿਟਲਰ ਦੇ ਕਬਜ਼ੇ 'ਚ ਆਗੇ ਸੀ ਸੈਕੰਡ ਵਰਲਡ ਵਾਰ ਵੜੇ। ਉਦੋਂ ਦੂਸਰੀ ਸੰਸਾਰ ਜੰਗ ਵਿੱਚ ਜਰਮਨ ਵਾਲਿਆਂ ਦਾ ਕਬਜ਼ਾ ਜਿਹੜਾ ਹੋਇਆ ਸੀ ਉਹ ਕਬਜ਼ਾ ਤੇ ਰੂਸੀ ਫੌਜ ਨੇ ਆ ਕੇ ਚੜਾਇਆ ਸੀ, ਛਡਾ ਕੇ ਦਿੱਤੇ ਸੀ। ਉਹ ਕਹਿੰਦੇ ਜੀ ਇਹਨਾਂ ਨੂੰ ਛਡਾਉਣ ਵਾਸਤੇ ਇਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਸਾਡੇ ਫੌਜੀ ਉਦੋਂ ਮਰੇ ਸਨ ਹੁਣ ਸਾਡੇ ਅੱਗੇ ਆਕੜਦੇ ਆ ਇਹ ਅੱਗੋਂ ਇਹ ਕਹਿੰਦੇ ਆ ਕਿ ਉਸ ਵਕਤ ਦੀਆਂ ਗੱਲਾਂ ਉਹਦੇ ਨਾਲ ਚਲੀਆਂ ਗਈਆਂ 45 ਤੇ 45 90 ਤੇ ਉਹਦੇ ਤੋਂ ਬਾਅਦ 30 ਸਾਲ ਹੋਰ ਲਾ ਲਓ ਹੁਣ ਤਾਂ 77 ਸਾਲ ਹੋ ਗਏ ਇੰਨੇ ਸਾਲਾਂ ਬਾਅਦ ਉਹਦੇ ਵੱਲ ਹੀ ਮੋੜ-ਮੋੜ ਵੇਖੀ ਜਾਵਾ ਤੁਸੀਂ ਅੱਜ ਦੀ ਗੱਲ ਕਰੋ ਕਿ ਰੂਸ ਵਾਲੇ ਅੱਜ ਕੀ ਕਰਦੇ ਆ ਸਾਡੇ ਨਾਲ ਜਿਆਤੀ ਹੋ ਰਹੀ ਇਹ ਆਪਣਾ ਰੋਣਾ ਰੋਂਦੇ ਉਹ ਆਪਣੇ ਮਿਹਨੇ ਦਿੰਦੇ ਆ ਪਰ ਜੰਗ ਤਾਂ ਚੱਲਦੀ ਪਈ ਆ ਨਾ ਇਸ ਕਰਕੇ ਜੇ ਗੱਲਬਾਤ ਹੋਣੀ ਆ ਤੇ ਵੇਖ ਲੈਣਾ ਚਾਹੀਦਾ ਕਿ ਅਜੇ ਤੱਕ ਰੂਸ ਵਾਲਿਆਂ ਨੇ ਕਾਫੀ ਸਾਰੀਆਂ ਥਾਵਾਂ ਤੇ ਕਬਜ਼ਾ ਕਰ ਲਿਆ ਉਹ ਵਧੀ ਜਾਂਦੇ ਨੇ ਇਹ ਯੂਕਰੇਨ ਵਾਲੇ ਜੇਤੇ ਪਹਿਲੇ ਮੋੜ ਤੇ ਗੱਲਬਾਤ ਕਰਦੇ ਤੇ ਉਹ ਜ਼ਿਆਦਾ ਠੀਕ ਸੀ ਉਦੋਂ ਉਹ ਜਿਹੜਾ ਸੀ ਨਾ ਚੁਕਣਾ ਬੜੀ ਮਾੜੀ ਹੁੰਦੀ ਆ ਅਮਰੀਕਾ ਵਾਲੇ ਕਹਿੰਦੇ ਸੀ ਕੋਈ ਨਹੀਂ ਪਰਵਾਹ ਨਾ ਕਰ ਇਸ ਤੇਰੇ ਮਗਰ ਆਏ ਤੇ ਬਾਅਦ ਆਇਆ ਕੋਈ ਨਹੀਂ ਸਿਰਫ ਮਾਲਿਕ ਲਿਆ ਉਹ ਚੁਕਣਾ ਨੇ ਲੜਾਈ ਕਰਾਤੀ ਨਹੀਂ ਤੇ ਇਹ ਮਸਲਾ ਉਦੋਂ ਹੱਲ ਵੀ ਹੋ ਸਕਦਾ ਸੀ ਪਰ ਸਰ ਤੁਸੀਂ ਕਬਜ਼ੇ ਦੀ ਗੱਲ ਕੀਤੀ ਹੈ ਹੁਣ ਕਹਿੰਦੇ ਪਏ ਕਿ 35% ਕਬਜ਼ਾ ਹੋ ਚੁੱਕਿਆ ਦੂਸਰੇ ਪਾਸੇ ਜ਼ੈਲੈਂਸਕੀ ਕਹਿੰਦੇ ਨੇ ਕਿ ਮੈਂ ਆਤਮ ਸਮਰਪਣ ਨਹੀਂ ਕਰਨਾ ਕਿਉਂਕਿ ਅਸੀਂ ਤਿਆਰ ਹਾਂ ਜਿੰਦ ਤੱਕ ਲੜਨਾ ਲੜੀ ਜਾਣਾ ਪਰ ਪਾਵਰ ਪਲਾਂਟ ਉਤਵਲ ਪਰਮਾਣੂ ਖੇਤਰ ਸਾਰਿਆਂ ਦੇ ਉੱਪਰ ਜਿਸ ਤਰ੍ਹਾਂ ਕਬਜ਼ਾ ਵਧਦਾ ਜਾ ਰਿਹਾ ਹੈ ਕਿਵੇਂ ਸਥਿਤੀ ਨੂੰ ਦੇਖਦੇ ਹਾਂ ਦੇਖੋ ਅਜੀਓ ਨੇ ਆਤਮ ਸਮਰਪਣ ਕਰਨ ਦੀ ਗੱਲ ਨਹੀਂ ਕੀਤੀ ਹੋ ਸਕਦਾ ਉਹ ਕਰੇ ਨਾ ਜੀ ਜਿੱਦਾਂ ਦਾ ਉਹ ਬੰਦਾ ਜਿਹੜੀ ਉਹ ਅਣਖ ਵਾਲੇ ਬੋਲੀ ਬੋਲਦਾ ਉਹਨੂੰ ਤੇ ਹੁਣ ਤੋਂ 4 ਦਿਨ ਪਹਿਲਾਂ ਵੀ ਅਮਰੀਕਾ ਵਾਲਿਆਂ ਨੇ ਕਿਹਾ ਸੀ ਕਿ ਤੈਨੂੰ ਅਸੀਂ ਸੇਫ ਪੈਸੇਜ ਵਾਸਤੇ ਵੀ ਪ੍ਰਬੰਧ ਕਰ ਦਿੰਨੇ ਆ ਗੱਡੀ ਵੀ ਦੇ ਦਿੰਨੇ ਆ ਤੇ ਤੂੰ ਆ ਜਾ ਜੀ ਤੇ ਉਹਨੇ ਕਿਹਾ ਜੀ ਮੈਨੂੰ ਤੁਹਾਡੀ ਇੱਥੋਂ ਰੈਸਕਿਊ ਕਰਨ ਵਾਲੀ ਗੱਡੀ ਮੈਨੂੰ ਬਚਾ ਕੇ ਕੱਢਣ ਵਾਲੀ ਗੱਡੀ ਨਹੀਂ ਚਾਹੀਦੀ ਜੇ ਤੁਸੀਂ ਕਰ ਸਕਦੇ ਆ ਤੇ ਐਮੂਨੀਸ਼ਨ ਭੇਜੋ ਜੰਗ ਦਾ ਮਸਾਲਾ ਭੇਜੋ ਅਸੀਂ ਤਾਂ ਹੁਣ ਲੜਾਂਗੇ ਤੇ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਅੱਜ ਜੇ ਉਹ ਆਤਮ ਸਮਰਪਣ ਕਰੇ ਤਾਂ ਵੀ ਬੁਰਾ ਬਣੇਗਾ ਛੱਡ ਕੇ ਭਜੇ ਤਾਂ ਵੀ ਬੁਰਾ ਬਣੇਗਾ ਮੈਨੂੰ ਇਹ ਲੱਗਦਾ ਕਿ ਆਪਣੇ ਲੋਕਾਂ ਦੇ ਨਾਲ ਖਲੋ ਕੇ ਉਹ ਆਖਰੀ ਸਾਹ ਤੱਕ ਲੜੇਗਾ ਉਹ ਛੱਡਣ ਵਾਲਾ ਜਾਪਦਾ ਨਹੀਂ ਜੀ ਅਗਲੀ ਗੱਲ ਇਹ ਆ ਕਿ ਰੂਸ ਵਾਲਾ ਨੇ ਇੱਕ ਇੱਕ ਕਰਕੇ ਬੰਦਰਗਾਹਾਂ ਕਬਜ਼ੇ 'ਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਚਰਨੋਬਿਲ ਦਾ ਜਿਹੜਾ ਸਭ ਤੋਂ ਪੁਰਾਣਾ ਤੇ ਸਭ ਤੋਂ ਮਸ਼ਹੂਰ ਐਟਮਿਕ ਪਲੈਂਟ ਸੀ ਉਹ ਤਾਂ ਉਹਨਾਂ ਨੇ ਪਹਿਲੇ ਦਿਨ ਹੀ ਆ ਕੇ ਕਬਜ਼ੇ 'ਚ ਲੈ ਲਿਆ ਸੀ ਉਦੋਂ ਬਾਅਦ ਹਾਲੀਵੁੱਡੇ ਤੁਰਦੇ ਜਾਂਦੇ ਨੇ ਅੱਜ ਕੰਦੇ ਇੱਕ ਹੋਰ ਐਟਮਿਕ ਪਲੈਂਟ ਉਹਨਾਂ ਕਬਜ਼ੇ ਚ ਲੈ ਲਿਆ ਛੋਟੇ ਛੋਟੇ ਸ਼ਹਿਰ ਇੱਕ ਇੱਕ ਕਰਕੇ ਉਹ ਕਬਜ਼ੇ ਚ ਕਰਦੇ ਜਾ ਰਹੇ ਆ ਜਿਹੜੀਆਂ ਰਿਪੋਰਟਾਂ ਅੱਜ ਦੁਪਹਿਰ ਤੱਕ ਦੀਆਂ ਉਹ ਦੱਸਦੀਆਂ ਕਿ 35% ਦੀ ਧਰਤੀ ਜਿਹੜੀ ਯੂਕਰੇਨ ਦੀ ਆ ਉਹਨਾਂ ਦੇ ਕਬਜ਼ੇ ਚ ਜਾ ਚੁੱਕੀ ਆ ਜੀ ਪਰ ਦੂਜਾ ਪੱਖ ਵੀ ਆ ਇਹ ਨਹੀਂ ਸਮਝਣਾ ਚਾਹੀਦਾ ਕਿ ਯੂਕਰੇਨੀ ਹੱਥ ਜੋੜ ਕੇ ਉਹਨਾਂ ਅੱਗੇ ਖੜੇ ਕੱਲ੍ਹ ਰੂਸ ਦੀ ਫੌਜ ਦਾ ਬਹੁਤ ਵੱਡਾ ਅਫਸਰ ਮੇਜਰ ਜਨਰਲ ਬਿਲਕੁਲ ਉਹ ਮਾਰੇ ਆ ਗਿਆ ਉਸ ਮੇਜਰ ਜਨਰਲ ਦੇ ਨਾਮ ਦੇ ਉੱਤੇ ਕਈ ਕਿਸਮ ਦਾ ਇਤਿਹਾਸ ਜੁੜਿਆ ਸੀ ਫਲਾਨੀ ਜੰਗ ਚ ਲੜਿਆ ਫਲਾਨੀ ਚ ਲੜਿਆ ਫਲਾਨੀ ਚ ਲੜਿਆ ਔਰ ਐਸ ਜੰਗ ਦੇ ਵਿੱਚ ਇੱਕ ਪੂਰੇ ਮੋਰਚੇ ਨੂੰ ਕਮਾਂਡ ਕਰ ਰਿਹਾ ਸੀ ਗੋਲੀ ਅਚਾਨਕ ਲੱਗੀ ਜਾਂ ਕਿਸੇ ਨੇ ਮਿੱਥ ਕੇ ਮਾਰੀ ਜੰਗਾ ਚ ਬਹੁਤੀ ਵਾਰੀ ਨਾ ਸੈਸ ਭਾਈ ਲਗਦੀਆਂ ਦੇ ਅੰਨੇ ਵਾ ਗੋਲੀਆਂ ਦਾ ਛਾਣਾ ਵੱਜ ਰਿਹਾ ਉਤੇ ਇਸ ਤਰ੍ਹਾਂ ਸੁੱਟੀਆਂ ਜਾ ਰਹੀਆਂ ਜਿਵੇਂ ਮਤਲਬ ਫਸਲ ਦੇ ਦਾਣਿਆਂ ਦਾ ਛਟਾ ਕਿਸਾਨ ਖੇਤਾਂ 'ਚ ਦਿੰਦਾ ਉਹਨਾਂ 'ਚ ਕੋਈ ਵੀ ਕਿਸੇ ਨੂੰ ਜਾਬਜ ਸਕਦੀ ਹੈ ਉਹਦਾ ਨਿਚੋੜ ਕੱਢਣਾ ਔਖਾ ਕਿ ਗੋਲੀ ਫੁਲਾਨੇ ਸਪਾਈ ਨੇ ਜਾਂ ਫੁਲਾਨੇ ਸੂਬੇਦਾਰ ਨੇ ਮਾਰੀ ਹੈ ਸੂਬੇਦਾਰ ਤਾਂ ਉਹਨਾਂ 'ਚ ਹੁੰਦੇ ਹੀ ਨਹੀਂ ਮੈਂ ਇੱਕ ਮਿਸਾਲ ਦੇ ਤੌਰ ਤੇ ਆਖਿਆ ਜੀ ਜੀ ਪਰ ਮੇਜਰ ਜਨਰਲ ਤਰੂਸ ਦਾ ਮਾਰਿਆ ਗਿਆ ਨਾ ਉਹਦੇ ਨਾਲ ਇਹਨਾਂ ਦੀ ਫੌਜ ਨੂੰ ਧੱਕਾ ਲੱਗਾ ਉਹ ਗਣਤੀਆਂ ਦੱਸਦੇ ਸੀ ਅਸੀਂ ਇੰਨੇ ਸੌ ਬੰਦੇ ਮਾਰ ਦਿੱਤੇ ਜਵਾਨ ਮਾਰਤੇ ਰੂਸ ਦੇ ਇਹ ਕਹਿੰਦੇ ਅਸੀਂ ਤੁਹਾਡੇ ਤੋਂ 5 ਗੁਣਾ ਤੁਹਾਡੇ ਮਾਰਤੇ ਦੋਵੇਂ ਤਰ੍ਹਾਂ ਜਦੋਂ ਇੱਕ ਦੂਸਰੇ ਦੇ ਬੰਦੇ ਮਾਰਨ ਹੀ ਤੁਰ ਪਿਆ ਇਹਨਾਂ ਮਾਰਤੇ ਜਾਂ ਉਹਨਾਂ ਮਾਰਤੇ ਮਰੇ ਤਾਂ ਬੰਦੇ ਹੀ ਐ ਬਿਲਕੁਲ ਨਾਲ ਇਹ ਐ ਕਿ ਫੌਜੀ ਜਵਾਨ ਵੀ ਬੰਦੇ ਆ ਮਰੇ ਸਿਵਿਲਿਅਨ ਲੋਕ ਵੀ ਤਾਂ ਮਰ ਰਹੇ ਆ ਉੱਥੋਂ ਦੀ ਰੂਸ ਦੀ ਫੌਜ ਕਹਿੰਦੀ ਆ ਜੀ ਅਸੀਂ ਕਬਜ਼ਾ ਕਦੇ ਦਾ ਕਰ ਲੈਂਦੇ ਅਸੀਂ ਇਸ ਕਰਕੇ ਹੌਲੀ ਹੌਲੀ ਅੱਗੇ ਵਧ ਰਹੇ ਆ ਕਿ ਸ਼ਹਿਰੀ ਆਬਾਦੀ ਐ ਤੇ ਆਮ ਲੋਕ ਬਹੁਤੇ ਨਾਮਨ ਆਪ ਲੋਕ ਬਹੁਤੇ ਨਾਮ ਹੀ ਮਰਨ ਜਦੋਂ ਇੰਨੀ ਅਨੇ ਭਾਗ ਗੋਲੀਬਾਰੀ ਹੁੰਦੀ ਹੋਵੇ ਵੱਡੇ ਗੋਲੇ ਸੁੱਟੇ ਜਾ ਰਹੇ ਹੋਣ ਉਹਨਾਂ ਚੋਂ ਕੁਝ ਨਾ ਕੁਝ ਗੋਲੇ ਤਾਂ ਖੱਬੇ ਸੱਜੇ ਚਲੇ ਜਾਂਦੇ ਹੁੰਦੇ ਆ ਜੀ ਜਿਹੜੇ ਜਾਂਦੇ ਆ ਉਹ ਕੁਝ ਉੱਚੀਆਂ ਬਿਲਡਿੰਗਾਂ ਤੇ ਡਿੱਗਣਗੇ ਕੋਈ ਛੋਟੇ ਘਰਾਂ ਤੇ ਡਿੱਗਣਗੇ ਜਿਹੜਾ ਰੂਸੀ ਫੌਜੀ ਆਪਣੇ ਟੈਂਕ ਚੋਂ ਗੋਲਾ ਦੇ ਚਲਾ ਰਿਹਾ ਉਹਨੇ ਅਗਲੇ ਪਾਸੇ ਵੋਟਰ ਲਿਸਟ ਤਾਂ ਨਹੀਂ ਪੜੀ ਹੋਈ ਕਿ ਫਲਾਣਾ ਤਾਂ ਫਲਾਣਾ ਉਹਨੂੰ ਕੁਝ ਖਾਸ ਟਾਰਗੇਟ ਪਤਾ ਹੋਵੇਗਾ ਕਿ ਉਹ ਬਿਲਡਿੰਗ ਐਸ ਤਰ੍ਹਾਂ ਦੀ ਜਿਹੜੀ ਦਿਸਦੀ ਆ ਇਹ ਉਹਨਾਂ ਦੇ ਗਵਰਨਰ ਦਾ ਘਰ ਆ। ਆ ਜਿਹੜੀ ਇਦਾਂ ਦੀ ਬਿਲਡਿੰਗ ਦਿਖਤੀ ਐ ਇਹ ਫੌਜ ਦਾ ਕੋਈ ਦਫ਼ਤਰ ਐ ਤੇ ਇਦਾਂ ਦੀ ਬਿਲਡਿੰਗ ਐਡਮਿਨਿਸਟ੍ਰੇਸ਼ਨ ਦਾ। ਉਹ ਤੇ ਵੇਖ ਲੂ ਪਰ ਜੇ ਥੋੜਾ ਬਹੁਤ ਵੀ ਆਸੇ ਪਾਸੇ ਹੋ ਜਾਵੇ ਤੇ ਨਾਲ ਦੇ ਘਰਾਂ ਦੇ ਉੱਤੇ ਵੀ ਗੋਲਾ ਜਾ ਕੇ ਵੱਜੇ ਜਾਂ ਗੋਲੀ ਜਾ ਕੇ ਵੱਜੇ ਉਹਨੇ ਤਾਂ ਨੁਕਸਾਨ ਕਰਨਾ ਹੀ ਕਰਨਾ। ਜੀ। ਔਰ ਉਹ ਨੁਕਸਾਨ ਕਾਫੀ ਵੱਡੀ ਮਾਤਰਾ 'ਚ ਹੋ ਰਿਹਾ ਰੂਸ ਵਾਲੇ ਭਾਵੇਂ ਜਿੰਨਾ ਮਰਜ਼ੀ ਕਰਨ ਕਿ ਸਿਵਲਿਅਨ ਆਬਾਦੀ ਨੂੰ ਬਚਾ ਕੇ ਤੁਰਦੇ ਪਿਆ ਜੰਗਾ 'ਚ ਬਚਾਇਆ ਨਹੀਂ ਜਾਂਦਾ ਹੁੰਦਾ। ਜੰਗ ਤਾਂ ਇਸ ਤਰ੍ਹਾਂ ਦੀ ਵਿੱਚ ਹੀ ਚੀਜ਼ ਹੈ ਤੇ ਜੋ ਸਾਹਮਣੇ ਆ ਗਿਆ ਲਤਾੜਦੀ ਜਾਂਦੀ ਹੁੰਦੀ ਹੈ ਤੇ ਨੁਕਸਾਨ ਯੂਕਰੇਨ ਦਾ ਵੀ ਬਹੁਤ ਹੋ ਰਿਹਾ ਕੁਝ ਲੋਕ ਪੁੱਛਦੇ ਜੀ ਰੂਸ ਦਾ ਕਿੰਨਾ ਕੁ ਨੁਕਸਾਨ ਹੋਇਆ ਇਹ ਸਵਾਲ ਫਜ਼ੂਲ ਹੈ ਜਦੋਂ ਜੰਗ ਯੂਕਰੇਨ ਦੀ ਧਰਤੀ ਤੇ ਲੜੀ ਜਾ ਰਹੀ ਹੈ ਯੂਕਰੇਨ ਦੀ ਫੌਜ ਤਾਂ ਰੂਸ ਵਿੱਚ ਐਂਟਰੀ ਨਹੀਂ ਕੀਤੀ ਵੱਡੀ ਫੌਜ ਉਹਨਾਂ ਦੀ ਹੈ ਉਹ ਦਾਖਲ ਹੋਏ ਹੈ ਯੂਕਰੇਨ ਦੀ ਧਰਤੀ ਤੇ ਯੂਕਰੇਨ ਤਾਂ ਸਹਿ ਨੂੰ ਪੁੱਛਿਆ ਸੀ ਮਾਸ ਖਾਣਾ ਹੀ ਉਹ ਕਹਿੰਦਾ ਮੇਰੇ ਆਪਣੇ ਬਚਾ ਰਹੇ ਬਹੁਤ ਉਹ ਤੇ ਆਪਣਾ ਮਾਸ ਬਚਾਉਣ ਡਿਆ ਉਹ ਤੇ ਆਪਣਾ ਦੇਸ਼ ਬਚਾਉਣ ਡਿਆ ਆਪਣੇ ਇੱਕ ਇੱਕ ਪਿੰਡ ਇੱਕ ਇੱਕ ਸ਼ਹਿਰ ਇੱਕ ਇੱਕ ਕਸਬੇ ਲਈ ਲੜਦੇ ਪਿਆ ਉਰੂਸ ਵਿੱਚ ਬੜੇ ਨਹੀਂ ਇਸ ਕਰਕੇ ਰੂਸ ਦਾ ਨੁਕਸਾਨ ਨਹੀਂ ਹੋ ਰਿਹਾ ਜਿੰਨਾ ਨੁਕਸਾਨ ਹੋ ਰਿਹਾ ਮਨੁੱਖੀ ਜਾਨਾਂ ਦਾ ਜਾਂ ਬਾਕੀ ਮਾਲੀ ਨੁਕਸਾਨ ਮਾਲ ਦਾ ਜਾਇਦਾਦ ਦਾ ਉਹ ਯੂਕਰੇਨ ਦਾ ਹੋ ਰਿਹਾ ਜੀ ਪੰਡਾ ਸਾਹਿਬ ਉਧਰ ਕਹਿੰਦੇ ਅਮਰੀਕੀਏ ਇਸ ਗੱਲ ਤੋਂ ਦੁਖੀ ਹੈ ਕਿ ਰੂਸ ਦੇ ਖਿਲਾਫ ਜਦੋਂ ਵੀ ਕੋਈ ਮਤਲ ਲੈ ਆਂਦਾ ਜਾਂਦਾ ਤੇ ਭਾਰਤ ਨਿਰਪੱਖ ਜਿਹਾ ਹੋ ਜਾਂਦਾ ਇਹ ਕਿਉਂ ਦੁੱਖ ਨਾ ਲੱਗ ਰਿਹਾ ਭਾਰਤ ਦੀ ਇੱਕ ਨੀਤੀ ਹੈ ਹੁਣ ਤੱਕ ਉਹ ਕਹਿੰਦਾ ਕਿ ਲੜਾਈ ਛੱਡੋ ਦੋਵੇਂ ਤਰ੍ਹਾਂ ਬੈਠ ਕੇ ਗੱਲ ਕਰ ਲਓ ਜੀ ਨਿਰਪੱਖਤਾ ਦੀ ਨੀਤੀ ਹੈ ਉਹ ਨਿਰਪੱਖਤਾ ਦੀ ਨੀਤੀ ਜਵਾਹਰ ਲਾਲ ਨਹਿਰੂ ਦੇ ਵੇਲੇ ਤੋਂ ਹੀ ਧੁਰੀ ਆਈ ਹੈ ਫਿਰ ਇਸ ਨਿਰਪੱਖਤਾ ਦੀ ਨੀਤੀ ਦੇ ਉੱਤੇ ਅੱਜ ਉਹਨਾਂ ਨੂੰ ਕੌੜ ਚੜਦੀ ਹੈ ਜਦੋਂ ਕਾਰਗਿਲ ਦੀ ਜੰਗ ਹੋਈ ਸੀ ਉਦੋਂ ਉਹਨਾਂ ਤੋਂ ਨਿਰਪੱਖਤਾ ਵੀ ਨਾ ਰੱਖੀ ਗਈ ਉਹ ਇੱਕ ਤਰਫਾ ਤੌਰ ਦੇ ਉੱਤੇ ਦੂਸਰੀ ਧਿਰ ਦੀ ਮਦਦ ਕਰਨਾ ਚਾਹੁੰਦੇ ਸੀ ਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਸਟੈਂਡ ਵੇਖ ਕੇ ਅਖੀਰ ਉਹਨਾਂ ਨੂੰ ਪਾਕਿਸਤਾਨ ਨੂੰ ਘੂਰਨਾ ਪਿਆ ਜਨਰਲ ਮੁਸ਼ਰਫ ਨੂੰ ਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਤੇ جنگਬੰਦੀ ਹੋਈ ਸੀ ਉਹਦੇ ਤੋਂ ਪਹਿਲਾਂ 1971 ਤੇ 1965 ਦੀਆਂ ਦੋਵਾਂ ਜੰਗਾਂ 'ਚ ਅਮਰੀਕਾ ਸਾਡੇ ਖਿਲਾਫ ਖਲੋਤਾ ਸੀ ਸਾਡੇ ਨਾਲ ਤੇ ਕਈ ਕਿਸਮ ਦੀਆਂ ਕੌੜਾਂ ਸਨ ਭਾਰਤ ਫਿਰ ਵੀ ਬੜਾ ਚਿਰ ਤੱਕ ਗੁੱਟ ਨਿਰਪੱਖ ਰਿਹਾ ਭਾਰਤ ਨੇ ਨਿਰਪੱਖਤਾ ਉਦੋਂ ਵੀ ਰੱਖੀ ਜਦੋਂ ਅਫਗਾਨਿਸਤਾਨ ਦੇ ਵਿੱਚ ਤੇ ਇਰਾਕ ਵਿੱਚ ਅਮਰੀਕਾ ਦੀਆਂ ਫੌਜਾਂ ਉਹ ਤਰ੍ਹਾਂ ਇਹ ਸੰਡੇ ਵਾਂਗ ਖੋਰੂ ਪਾਉਂਦੀਆਂ ਫਿਰਦੀਆਂ ਸਨ ਉਦੋਂ ਵੀ ਇਹਨੇ ਜਾ ਕੇ ਕਿਸੇ ਪਾਸੇ ਕੋਈ ਦਖਲ ਨਹੀਂ ਦਿੱਤਾ ਇਹ ਯੂਐਨਓ ਚ ਵੀ ਕਹਿੰਦਾ ਰਿਹਾ ਕਿ ਇਹ ਕੰਮ ਨਾ ਕਰੋ ਇੰਨਾ ਗੱਲਾਂ ਦਾ ਬਹੁਤ ਨੁਕਸਾਨ ਹੋ ਸਕਦਾ ਹੁਣ ਉਹਨਾਂ ਨੂੰ ਭਾਰਤ ਉੱਤੇ ਤਾਂ ਇਤਰਾਜ਼ ਹੈ ਕਿ ਵੋਟਾਂ ਪੈਣ ਲੱਗਣ ਤੇ ਗਹਿਰੋ ਗਹਿਰਾਜ ਹੋ ਜਾਂਦਾ ਚੀਨ ਨਾਲ ਵੀ ਇਤਰਾਜ਼ ਹੋ ਸਕਦੇ ਆ ਪਰ ਜਿਹੜੇ ਪਾਕਿਸਤਾਨ ਨਾਲ ਇੰਨੇ ਪੁਰਾਣੇ ਸਾਂਝ ਆ ਗਹਿਰਾਜ ਤੇ ਉਹ ਵੀ ਹੋ ਗਿਆ ਜੀ ਗਹਿਰਾਜ ਤਾਂ ਬੰਗਲਾਦੇਸ਼ ਵੀ ਹੋ ਗਿਆ ਜਿਹੜੇ 35 ਦੇਸ਼ ਗੈਰਹਾਜ਼ਰ ਹੋਏ ਆ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ 35 ਦੇ ਵਿੱਚੋਂ 34 ਨੂੰ ਛੱਡ ਕੇ ਇਕੱਲੇ ਭਾਰਤ ਦੇ ਉੱਤੇ ਇਤਰਾਜ਼ ਕਰਨਾ ਕਿ ਵੋਟਾਂ ਪੈਣ ਲੱਗਣ ਜੀ ਇਹ ਬਾਹਰ ਚੱਲ ਜਾਂਦਾ ਇਹ ਕੋਈ ਦਾਨਾਈ ਨਹੀਂ ਦਾਨਾਈ ਦਾ ਮਤਲਬ ਕਿ ਦਾਨੇ ਸਿਆਣੇ ਲੋਕਾਂ ਵਾਲਾ ਕੰਮ ਨਹੀਂਗਾ ਉਹਨਾਂ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਇਹੋ ਜਿਹਾ ਸਵਾਲ ਉਠਾਇਆ ਬਾਕੀਆਂ ਨੇ ਆਖਰ ਨੇ ਜੇ 2-3 ਦਿਨਾਂ ਦੇ ਵਿੱਚ ਭਾਰਤ ਦੇ ਸਟੈਂਡ ਵਿੱਚ ਕਾਫੀ ਤਬਦੀਲੀ ਆਈ ਹੈ ਭਾਰਤ ਦਾ ਵਿਚਾਲੇ ਖਲੋਣਾ ਵੀ ਮਾਨੇ ਰੱਖਦਾ ਘੱਟੋ ਘਾਟ ਸਾਡੇ ਖਿਲਾਫ ਤਾਂ ਨਹੀਂ ਗਿਆ ਜੀ ਪਰ ਕੁਝ ਲੋਕ ਕਹਿੰਦੇ ਆ ਕਿ ਸਾਡੇ ਪੱਖ 'ਚ ਕਿਉਂ ਨਹੀਂ ਇਦਾਂ ਦੀ ਗੱਲ ਭਾਰਤ ਨੇ ਅਜੇ ਤੱਕ ਕੀਤੀ ਨਹੀਂ ਭਾਰਤ ਨੇ ਕਰਨੀ ਨਹੀਂ ਔਰ ਮੈਂ ਸਮਝਦਾ ਕਿ ਕਰਨੀ ਵੀ ਨਹੀਂ ਚਾਹੀਦੀ ਯੂਕਰੇਨ ਐਸ ਵੇਲੇ ਕੁੱਟ ਖਾ ਰਿਹਾ ਕਮਜ਼ੋਰ ਦੇਸ਼ ਉਹ ਦਰਦੀ ਉਹਦੇ ਨਾਲ ਵੀ ਆ ਰੂਸ ਨਾਲ ਪ੍ਰਾਣੀਆਂ ਸਾਂਝਾਂ ਨੇ ਔਖੇ ਸੁੱਖੇ ਸਮੇਂ 'ਚ ਹਮੇਸ਼ਾ ਨਾਲ ਨੇ ਬਿਆ ਉਹ ਸਾਂਝੀ ਰੱਖਣੀ ਚਾਹੀਦੀ ਹੈ ਫਿਰ ਦੋਵਾਂ ਧਿਰਾਂ ਨੇ ਲੜਨ ਲੱਗਿਆ ਭਾਰਤ ਨੂੰ ਪੁੱਛਿਆ ਸੀ ਅਸੀਂ ਲੜਨ ਲੱਗਿਆ ਨਾ ਤਾਂ ਰੂਸੀਆਂ ਨੇ ਹਮਲਾ ਕਰਨ ਲੱਗਿਆ ਪੁੱਛਿਆ ਨਾ ਯੂਕਰੇਨ ਨੇ ਜੰਗ ਤੋਂ ਪਹਿਲਾਂ ਬਾਕੀ ਦੇਸ਼ਾਂ ਨਾਲ ਤਾਲਮੇਲ ਕੀਤਾ ਹੋਵੇ ਤੇ ਕੀਤਾ ਹੋਵੇ ਭਾਰਤ ਨਾਲ ਤੇ ਉਹਨੇ ਕੋਈ ਇਹੋ ਜਿਹਾ ਤਾਲਮੇਲ ਕੀਤਾ ਹੀ ਨਹੀਂ ਕਿ ਸਾਡੇ ਸਿਰ ਤੇ ਮੁਸੀਬਤ ਪੈਣ ਲੱਗੀ ਹੈ ਸਾਡਾ ਰਾਸ਼ਟਰਪਤੀ ਉਹਨੇ ਅੱਗੇ ਆਕੜ ਗਿਆ ਉਹਨੇ ਲੱਤ ਗੱਡ ਦਿੱਤੀ ਤੇ ਉਹਨੇ ਅਸੀਂ ਪਿਛੇ ਨਹੀਂ ਹਟਣਾ ਜੀ ਅਮਰੀਕਾ ਨਾਲ ਤੇ ਸਾਰੀਆਂ ਸਲਾਮਾਂ ਉਹ ਕਰਦਾ ਰਿਹਾ ਨਾਟੋ ਦੇਸ਼ਾਂ ਨਾਲ ਵੀ ਕਰਦਾ ਰਿਹਾ ਜਿਹੜੇ ਆਂਗਵਾਂ ਦੇ ਦੂਜੇ ਦੇਸ਼ ਉਹਨਾਂ ਨਾਲ ਵੀ ਕਰਦਾ ਰਿਹਾ ਪਰ ਉਹਨੇ ਕਦੇ ਵੀ ਭਾਰਤ ਦੇ ਨਾਲ ਇਸ ਤਰ੍ਹਾਂ ਦੀ ਕੋਈ ਵਿਚਾਰ ਸਾਂਝੀ ਨਹੀਂ ਕੀਤੀ ਕਿ ਮੇਰਾ ਤੇ ਰੂਸ ਦਾ ਪੇਚਾ ਪੈਣ ਵਾਲਾ ਇਹਦੇ ਵਿੱਚ ਤੁਸੀਂ ਸਾਡਾ ਸਾਥ ਦਿਓ ਕਦੇ ਉਹਨੇ ਲਿਆਂਦੀ ਹੁੰਦੀ ਗੱਲ ਹੋ ਸਕਦਾ ਕਿ ਉਸ ਮੋੜ ਦੇ ਉੱਤੇ ਭਾਰਤ ਤੇ ਕਹਿੰਦਾ ਕਿ ਠੀਕ ਆ ਤੂੰ ਆਪਣੀ ਥਾਂ ਸੱਚਾ ਉਹ ਆਪਣੀ ਥਾਂ ਸੱਚਾ ਜੰਗ ਮਸਲੇ ਦਾ ਹੱਲ ਨਹੀਂ ਆਉ ਤੁਹਾਡੀ ਬਿਠਾ ਕੇ ਗੱਲ ਕਰਾ ਦਿੰਦੇ ਆ ਜੇ ਉਸ ਵਕਤ ਦੋਹਾਂ ਤਰ੍ਹਾਂ ਚ ਕੋਈ ਧਿਰ ਭਾਰਤ ਕੋਲ ਆਈ ਹੁੰਦੀ ਭਾਰਤ ਨੇ ਕੋਈ ਦਖਲ ਨਾ ਦਿੱਤਾ ਹੁੰਦਾ ਭਾਰਤ ਗੁਨਾਹਗਰ ਸੀ ਭਾਰਤ ਦੋਹਾਂ ਤਰ੍ਹਾਂ ਚ ਦਖਲ ਦਿੰਦਾ ਜਿਹੜੀ ਧਿਰ ਨਾ ਮੰਨਦੀ ਗਲਤ ਜਾਪਦੀ ਗਲਤ ਅੜੀ ਕਰਦੀ ਭਾਰਤ ਤੋਂ ਦੇ ਖਿਲਾਫ ਨਾ ਹੁੰਦਾ ਫਿਰ ਭਾਰਤ ਗਲਤ ਸੀ ਜੀ ਪਰ ਜੇ ਭਾਰਤ ਕੋਲ ਮੁੱਦਾ ਆਇਆ ਹੀ ਨਹੀਂ ਲੜੇ ਤੁਸੀਂ ਆ ਭਾਰਤ ਨੂੰ ਕਿਸੇ ਨੇ ਪੁੱਛਿਆ ਨਹੀਂ ਭਾਰਤ ਨੂੰ ਕਿਸੇ ਨੇ ਕੁਝ ਦੱਸਿਆ ਵੀ ਨਹੀਂ ਤੇ ਅੱਜ ਭਾਰਤ ਇਹ ਬਗਾਨੀ ਗੜਾ ਜਿਹੜੀ ਬੜਾ ਜਿਹੜੀ ਆਪਣੇ ਗੱਲ ਕਿਉਂ ਪਾਵੇ ਭਾਰਤ ਨੇ ਠੀਕ ਕੀਤਾ ਨਿਰਪੱਖਤਾ ਉਸੇ ਮੌਕੇ ਤੇ ਨਿਰਪੱਖਤਾ ਹੀ ਠੀਕ ਸੀ ਇਹ ਤੋਂ ਅੱਗੇ ਨਹੀਂ ਜਾਣਾ ਚਾਹੀਦਾ ਜੀ ਪੰਡਤ ਸਾਹਿਬ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆਂ ਕਹਿੰਦੇ ਪੰਜਾਬ ਦੇ ਲੀਡਰਾਂ ਦੀ ਬੇਚੈਨੀ ਵੱਧਦੀ ਜਾ ਰਹੀ ਹੈ ਕਿਉਂਕਿ ਚੋਣ ਨਤੀਜੇ ਆਉਣ ਵਾਲੇ ਆ ਦੂਸਰੇ ਪਾਸੇ ਕਾਂਗਰਸ ਵਾਲਿਆਂ ਨੇ ਕਹਿੰਦੇ Rajasthan ਚ ਹੋਟਲ ਬੁੱਕ ਕਰ ਲਿਆ 400 ਕਮਰੇ ਆਪ ਵਾਲੇ ਕਹਿੰਦੇ ਪੱਛਮੀ ਬੰਗਾਲ ਲੈ ਜਿਹਨੇ ਪਤਾ ਨਹੀਂ ਕਿੰਨਾ ਕੁ ਸੱਚ ਹੈ ਕਿੰਨਾ ਕੁ ਨਹੀਂ ਪਰ ਜਿਹੜੀ ਇਹ ਬੇਚੈਨੀ ਵੱਧਦੀ ਜਾ ਰਹੀ ਹੈ ਇਹਦੇ ਬਾਰੇ ਕੀ ਕਹੋਗੇ 400 ਕਮਰੇ ਬੁੱਕ ਕਰਾਤੇ Rajasthan ਚ ਇਦੋਂ ਵੱਡੀ ਗੱਪ ਕੀ ਹੋਵੇਗੀ ਜਿਹੜੇ ਵੀ ਅਖਬਾਰ ਵਾਲੇ ਨੇ ਜਿਹੜੇ ਵੀ ਮੀਡੀਆ ਵਾਲੇ ਨੇ ਬਣਾਈਆਂ ਪੰਜਾਬ ਦੀ ਵਿਧਾਨ ਸਭਾ ਦੇ 117 ਮੈਂਬਰ ਨੇ ਜੀ ਕਾਂਗਰਸ ਹੀ ਬੜੇ ਕਮਾਲ ਦੇ ਆ ਕਿ 117 ਦੀ ਅਸੈਂਬਲੀ ਚੋ 400 ਸੀਟਾਂ ਨਾਲ ਜਿੱਤ ਲੈਣੀ ਆ ਜੀ 400 ਕਿਹੜੇ ਕਾਦੇ ਲਈ ਬੋਕਰ ਹੈ ਪਹਿਲੀ ਗੱਲ ਤਾਂ ਇਹ ਕਿ 117 ਇਹਨਾਂ ਦੇ ਜਿਤਨੇ ਆ ਕਿ 17 ਜਿਤਨੇ ਆ ਕਿਸੇ ਨੂੰ ਪਤਾ ਹੀ ਨਹੀਂ ਇਹ ਜੇ ਇਹਨਾਂ ਦੇ ਫਰਜ਼ ਕਰ ਉਹਨਾਂ ਦੀ ਬਹੁਤ ਸੰਤਤੀ ਵੀ ਆ ਜੀ 50 60 ਵੀ ਆ ਜਾਣ 60 ਵੀ ਆ ਜਾਣ ਤੇ ਉਹਨਾਂ ਲਈ 60 ਕਮਰੇ ਕੋ ਵੀ ਕਮਰੇ ਆਪਣੇ ਬੰਦਿਆ ਹੋਰ ਨਾਲ ਵਾਸਤੇ ਜਿਹੜੇ ਨਾਲ ਲੀਡਰ ਜਾਣੇ ਕੋ ਸਿਕਿਉਰਟੀ ਆ ਜਾਣੇ ਦੂਜੇ ਤੇ ਜਾਣੇ ਉਹ ਰੱਖ ਲੋ 100 ਕਰ ਲੋ 400 ਕਮਰੇ ਕਾਦੇ ਲਈ ਬਕਰਾਤਾ ਉੱਥੇ ਕੁਬਰਾਠ ਠਹਿਰਨੀ ਆ ਜਾ ਕੇ ਜੀ ਵੀ ਰਿਸ਼ਤੇਦਾਰ ਨਾਲ ਬੜੇ ਆਏ ਹੋਣੇ ਆ ਤੇ ਉਹਨਾਂ ਸਾਰਿਆਂ ਵਾਸਤੇ ਇਹਨਾਂ ਪਰਵਾਸ ਸਾਜਣੇ ਲੈ ਕੇ ਨਾ ਜਾਣੇ ਹੁਣ ਨਾ ਨਾਲ ਕਿਤੇ ਇਹੋ ਜੀ ਕੋਈ ਇਹੋ ਜੀ ਕੋਈ ਗੱਲ ਨਹੀਂ ਜੀ ਔਰ ਇਹ ਸਾਰੀਆਂ ਗੱਪਾਂ ਨੇ ਉਦਾ ਕਾਂਗਸਾ ਇੱਕ ਮਾਨ ਨੇ ਆਖਿਆ ਕਿ ਜੇ ਸਾਡੇ ਐਮਐਲਏ ਪੰਜਾਬ ਵਿੱਚ ਰਹਿਤ ਇਹਨਾਂ ਤੱਕ ਅਪਰੋਚ ਕਰਕੇ ਇਹਨਾਂ ਨੂੰ ਖੀਦਣ ਦੇ ਜਾਂ ਧਮਕਾਉਣ ਧਮਕਾਉਣ ਤੇ ਆਪਣੇ ਨਾਲ ਰਲਾਉਣ ਦੇ ਯਤਨ ਹੋ ਸਕਦੇ ਇਹਨਾਂ ਨੂੰ ਬਾਹਰ ਲੈ ਜਾਣਾ ਤੇ ਲੈ ਜਾਂਡ ਬਾਕੀ ਲੋਕ ਵੀ ਲੈ ਜਾਂਦੇ ਰਿਹਾ ਇਹ ਖੇਡ ਚੱਲੀ ਕਦੋਂ ਤੋਂ 1986 85 ਤੋਂ ਚੱਲੀ ਆ ਜਦੋਂ ਤਾਮਿਲਨਾਡੂ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਐਨਟੀ రామਰਾਓ ਨੰਦਮੂਰੀ ਤਾਰਕ రామਰਾਓ ਜਿੱਤਿਆ ਆ ਚੰਦਰਬਾਬੂ ਨੇੜੂ ਜਿਹੜਾ ਬਾਅਦ ਵਿੱਚ ਮੁੱਖ ਮੰਤਰੀ ਬਣਦਾ ਰਿਹਾ ਵਾਰ-ਵਾਰ ਇਹਦਾ ਸੋਹਰਾ ਸੀ ਪ੍ਰੀਮ ਸਟਾਰ ਸੀ ਉਹਦੀ ਸਰਕਾਰ ਪਟਾਤੀ ਗਈ ਫਿਰ ਦੋਹਾਂ ਤਰ੍ਹਾਂ ਚ ਇਹ ਸੀਗਾ ਕਿ ਬਹੁਤ ਸੰਪਤੀ ਸਾਫਤ ਕਰੋ ਉਹਨਾਂ ਨੂੰ ਡਰ ਸੀ ਕਿ ਸਾਡੇ ਐਮਐਲਏ ਕਾਂਗਰਸ ਖਸਕਾਰਾਂ ਲਵੇ ਜੀ ਉਦੋਂ ਉਹਦੇ ਐਮਐਲਏ ਭਾਜਪਾ ਦੇ ਐਮਐਲਏ ਕਾਮਰੇਡਾਂ ਦੇ ਵੀ ਨਾਲ ਹੀ ਇਹ ਸਾਰੇ ਬੱਸਾਂ 'ਚ ਭਰ ਕੇ ਦਿੱਲੀ ਲਿਆਂਦੇ ਗਏ ਉਸ ਰਾਜ ਤੋਂ ਬਾਹਰ ਕੱਢੇ ਗਏ ਸੀ ਉਦੋਂ ਤੋਂ ਲੈ ਕੇ ਉਹ ਖੇਡ ਜਿਹੜੀ ਅਜੇ ਤੱਕ ਚੱਲੀ ਜਾਂਦੀ ਹੈ ਤੋ ਚੱਲੀ ਜਾਂਦੀ ਐ ਕਾਂਗਰਸੀਆਂ ਆਪਣੇ ਐਮਐਲਏ ਬਚਾਉਣੇ ਵਿਚਾਲਣ ਕੱਢਨੇ ਕੱਢਲਣ ਜੇ ਕਿਸੇ ਹੋਰ ਪਾਰਟੀ ਨੇ ਕੱਢਨੇ ਤੇ ਉਹ ਵੀ ਕੱਢ ਲੇ ਉਹ ਇੱਕ ਵੱਖਰਾ ਮਸਲਾ ਦੂਜਾ ਮਸਲਾ ਕਿ 20 ਤਰੀਕ ਨੂੰ ਵੋਟਾਂ ਪਈਆਂ ਨੇ ਉਹਦੇ ਤੋਂ ਬਾਅਦ 8 ਦਿਨ ਫਰਵਰੀ ਦੇ ਤੇ 4 ਦਿਨ ਆ ਲੰਘ ਗਏ ਇੱਕ ਦਰਜਣ ਦਿਨਾਂ ਚ ਮੇਰਾ ਖਿਆਲ ਜੇ ਕੋਈ ਕਾਰੋਬਾਰ ਸਭ ਤੋਂ ਵੱਧ ਚਮਕਿਆ ਨਾ ਤਾਂ ਉਹ ਚਮਕਿਆ ਬਜ਼ਾਰਾਂ ਦੇ ਵਿੱਚ ਕੱਪੜੇ ਦਾ ਨਾ ਸੋਨੇ ਦਾ ਨਾ ਸ਼ਰਾਬ ਦਾ ਹੀ ਠੇਕਾ ਕੋ ਵੱਧ ਚਮਕਿਆ ਹੋਊਗਾ ਕਿਉਂਕਿ ਉਹ ਤੇ ਚੋਣਾ ਦੀ ਵਾਧੂ ਲੋਕਾਂ ਕੋਲ ਵੱਡੀ ਬੰਡਾਈ ਪਈ ਆ। ਜੀ। ਨਾ ਹੋਟਲਾਂ ਦਾ ਚਮਕਿਆ ਉਹ। ਸਿਰਫ ਦੋ ਕਿਸਮ ਦਾ ਕਾਰੋਬਾਰ ਚਮਕਿਆ। ਇੱਕ ਤੇ ਛੋਟੇ-ਮੋਟੇ ਜਿੰਨੇ ਵੀ ਕਿਸਮ ਦੇ ਸਾਧ ਆ। ਉਹਨਾਂ ਦੇ ਕੋਲ ਲੀਡਰਾਂ ਦੀਆਂ ਗੱਡੀਆਂ ਸਵੇਰੇ ਵੀ ਸ਼ਾਮ ਵੀ। ਉੱਥੇ ਜਾ ਕੇ ਪਹਿਰਾ ਤੇ ਸਿਰ ਰੱਖ ਰੱਖ ਕੇ ਇੱਕੋ ਗੱਲ ਹੀ ਕਰੀ ਜਾਂਦੇ ਆ ਜਲੇ ਤੂੰ ਜਲਾਲ ਤੂੰ ਆਈ ਬਲਾ ਕੋ ਟਾਲ ਤੂੰ ਪਾ ਆ ਕੰਮ ਕਰਦੇ। ਦੂਸਰਾ ਜੋਤਸ਼ੀਆਂ ਕੋਲ ਜਾਂਦੇ ਨੇ ਪਾਂਧਿਆਂ ਕੋਲ ਜਾਂਦੇ ਨੇ ਤੇ ਉਹਨਾਂ ਦਾ ਤਰੀਕਾ ਇੱਕੋ ਹੀ ਹੁੰਦਾ ਵੀ ਪਹਿਲਾ ਆਖਣਾ ਤੇਰੀ ਤੇ ਬਿਮਾਰੀ ਬਹੁਤ ਗੰਭੀਰ ਹੈ ਰੱਜ ਕੇ ਡਰਾ ਲੈਣਾ ਰਾਹੁ ਕੇਤੂ ਮੰਗਲ ਸਨੇਸ਼ਰ ਸਭ ਤੇਰੀਆਂ ਜੜਾਂ ਜਿ ਬਹਿ ਗਏ ਇਹ ਤਾਂ ਬੜੇ ਡੋਪ ਦੇਣਗੇ ਜੀ ਹੁਣ ਕੀ ਕਰੀਏ ਕਰਨ ਦਾ ਇੱਕੋ ਹੀ ਤਰੀਕਾ ਉਪਾਅ ਮੈਂ ਕਰੂੰਗਾ ਖਰਚਾ ਤੁਹਾਨੂੰ ਕਰਨਾ ਪੈਣਾ ਜੀ ਉਹ ਉਪਾਤ ਤੇ ਖਰਚੇ ਦਾ ਕਾਰੋਬਾਰ ਪਿਛਲੀਆਂ ਦਿਨਾਂ ਦੇ ਵਿੱਚ ਬਾਬਾ ਤੇਜ਼ੀ ਨਾਲ ਚਮਕਿਆ ਇਹਦੇ باوجود ਨਾ ਤਰਵਾਸੀ ਆਉਂਦਾ ਅੱਜ ਅੱਜ ਮੈਨੂੰ 10 ਦੇ ਕਰੀਬ ਇਹੋ ਜਿਹੇ ਲੋਕਾਂ ਦੇ ਫੋਨ ਆਏ ਆ ਜਿਹੜੇ ਚੋਣਾਂ ਲੜੀਆਂ ਨੇ ਨਾਲੇ ਆਖੀ ਜਾਂਦੇ ਮੇਰੀ ਸੀਟ ਤਾਂ ਨਿਕਲੋਣੀ ਹੈ ਤੇ ਨਾਲੇ ਪੁੱਛੋ ਪੁੱਛ ਲਿੰਦੇ ਭਾਜੀ ਤੁਹਾਡਾ ਕੀ ਖਿਆਲ ਮੈਂ ਕਿਹਾ ਮੇਰਾ ਕੀ ਖਿਆਲ ਹੈ ਜੀ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਆਖੂਗਾ ਤੁਸੀਂ ਸਾਰੇ ਜਿੱਤਜੋ ਇੱਕ ਇੱਕ ਸੀਟ ਤੋਂ ਤੁਸੀਂ 5-5 ਜਿੱਤੋ ਰਾਜਸਥਾਨ ਜਿਹੜੇ 400 ਹੋਟਲ ਨੂੰ 400 ਕਮਰੇ ਬੁੱਕ ਕਰਾਇਆ ਕਾਹਗਸ ਨੇ ਮੈਂ ਕਹਣਾ 400 ਹੋਰ ਬੁੱਕ ਕਰਾਓ ਤੇ 117 ਦੀ ਅਸੈਂਬਲੀ 'ਚ ਤੁਸੀਂ 500 ਜਿੱਤੋ ਮੇਰਾ ਕੀ ਜਾਂਦਾ ਜੀ ਪਰ ਤੁਸੀਂ ਇਹਨਾਂ ਹੌਸਲਾ ਕਿਉਂ ਨਹੀਂ ਕਰਦੇ ਤੁਹਾਨੂੰ ਆਪਣੇ ਲੋਕਾਂ ਤੇ ਆਪਣੇ ਵੋਟਰਾਂ ਤੇ ਭਰੋਸਾ ਕਿਉਂ ਨਹੀਂ ਤੁਸੀਂ ਕਿੱਦਾਂ ਦੀ ਖੇਡ ਖੇਡਦੇ ਪਏ ਹੋ ਸਾਦਾ ਸੰਤਾਂ ਦੇ ਗੁੱਡੇ ਵੀ ਘੁੱਟੀ ਜਾਂਦੇ ਹੋ ਜਾ ਕੇ ਪੈਰਾਂ ਤੇ ਸਿਰ ਰੱਖੀ ਜਾਂਦੇ ਹੋ ਆ ਵੀ ਤੁਸੀਂ ਧੋਣੀਆਂ ਧਮਾਈ ਜਾਂਦੇ ਆ ਤੇ ਪੈਸਾ ਫੁਕੀ ਜਾਂਦੇ ਆ ਜਿਹੜੀਆਂ ਵੋਟਾਂ ਪੈ ਗਈਆਂ ਮਸ਼ੀਨਾਂ 'ਚ ਪੈ ਗਈਆਂ ਇਹ ਕੁਛ ਨਹੀਂ ਵੱਦਾ ਘਟਾਉਣਾ ਆਪਣੇ ਆਪਣੇ ਥਾਂ ਦੇ ਉੱਤੇ ਟਿਕੋ ਆਪਣੇ ਲੋਕਾਂ ਨਾਲ ਰਹੋ ਥੋੜਾ ਜਿਹਾ ਤਰਵਾਸ ਰੱਖਣਾ ਸਿੱਖੋ ਜੋ ਹੋਵੇਗਾ ਲੋਕਾਂ ਦਾ ਫਤਵਾ ਉਹ 10 ਤਰੀਕ ਨੂੰ ਸਾਹਮਣੇ ਆ ਜਾਏਗਾ ਇਹ ਗੱਲ ਬਿਲਕੁਲ ਕਨਸੈਪਟ ਠੀਕ ਹੈ ਤੁਸੀਂ ਭਰੋਸੇ ਦੀ ਗੱਲ ਕੀਤੀ ਹੈ ਲੋਕਾਂ ਦਾ ਭਰੋਸਾ ਘਟਦਾ ਕਿਉਂ ਜਾ ਰਿਹਾ ਹੈ ਯੂਪੀ ਦੀਆਂ ਚੋਣਾਂ ਹੋਈਆਂ ਪੰਜਾਬ ਚੋਣਾਂ ਸੀ ਵੋਟ ਪ੍ਰਤੀਸ਼ਤ ਘਟਿਆ ਹੈ ਯੂਪੀ ਵਿੱਚ ਵੀ ਪ੍ਰਤੀਸ਼ਤ ਘਟ ਗਈ ਹੈ ਇਹਦਾ ਕੀ ਕਾਰਨ ਲੱਗਦਾ ਹੈ ਪੰਜਾਬ ਦੇ ਵਿੱਚ ਸਾਰਾ ਵੋਟ ਪ੍ਰਤੀਸ਼ਤ ਨਹੀਂ ਘਟਿਆ ਕੁਝ ਹਲਕਿਆਂ 'ਚ ਘਟਿਆ ਜੀ ਅਮਰਸਰ ਦੇ ਤਿੰਨ ਹਲਕਿਆਂ 'ਚ ਘਟਿਆ ਜਿੱਥੇ ਦੋ ਵੱਡੇ ਤੜਵੈਲ ਲੜਦੇ ਪਏ ਸੀ ਨਵਜੋਤ ਸਿੰਘ ਸਿੱਧੂ ਤੇ ਬਿਕਰਤ ਸਿੰਘ ਮਜੀਠੀਆ ਉੱਥੇ ਵੀ ਵੋਟ ਪਰਸੈਂਟੇਜ ਘਟਿਆ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਹਲਕਿਆਂ 'ਚ ਘਟਿਆ ਪਰ ਦੂਜੇ ਪਾਸੇ ਇਹ ਆ ਕਿ ਜਿੱਥੇ ਪੰਜਾਬ ਦਾ ਸਭ ਤੋਂ ਪੁਰਾਣਾ ਪਾਰਲੀਮੈਂਟਰੀਅਨ 1957 'ਚ ਪਹਿਲੀ ਵਾਰ ਜਿੱਤਣ ਵਾਲਾ ਬਾਪੂ ਪ੍ਰਕਾਸ਼ ਸਿੰਘ ਲੜਦਾ ਪਿਆ ਪ੍ਰਕਾਸ਼ ਸਿੰਘ ਬਾਦਲ ਵਾਲੇ ਹਲਕੇ ਲੰਬੀ 'ਚ 83% ਤੋਂ ਵੱਧ ਵੋਟਾਂ ਪੈ ਗਈਆਂ ਨੇ ਤਲਵੰਡੀ ਸਾਬੋ ਚ ਬਹੁਤ ਪਈਆਂ ਨੇ ਇੱਥੇ ਗਿੱਦੜਬਾਹ ਚ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਰਦੀਪ ਸਿੰਘ ਡਿੰਪੀ ਆਮੋ ਸਾਹਮਣੇ ਸਿੱਖ ਸਿੰਘ ਫਸਾਈ ਬੈਠੇ ਆ ਉੱਥੇ ਵੋਟਾਂ ਬਹੁਤ ਪਈਆਂ ਨੇ 85% ਤੱਕ ਇਹਦਾ ਮਤਲਬ ਕੁਝ ਥਾਵਾਂ ਤੇ ਉੱਤੇ ਜਿੱਥੇ ਸਿੱਧਾ ਭੇਡ ਸੀ ਤੇ ਤਿੱਖਾ ਭੇਡ ਸੀ ਉੱਥੇ ਵੋਟ ਪਰਸੈਂਟ ਬਹੁਤ ਜ਼ਿਆਦਾ ਹੋ ਗਈ ਪਰ ਕੁਝ ਹੋਰ ਥਾਵਾਂ ਜਿੱਥੇ ਤਿੱਖਾ ਭੇਡ ਵੀ ਸੀ ਅੰਮ੍ਰਿਤਸਰ ਵਾਂਗ ਜੀ ਲੋਕਾਂ ਆਖਾ ਚੱਡੋ ਦਫਾ ਕਰੋ ਕੀਬੋਰਡ ਉਣ ਜਾਣਾ ਜਿੱਥੇ ਵੋਟ ਪਰਸੈਂਟੇਜ ਘਟਦੀ ਆ ਨਾ ਤੇ ਇਹ ਵੀ ਲੀਡਰਾਂ ਦੀ ਬੇਇੱਜ਼ਤੀ ਆ ਕਿ ਤੁਹਾਡੇ ਆਖੇ ਲੋਕ ਵੋਟਾਂ ਪਾਉਣ ਵੀ ਨਹੀਂ ਆਏ ਕਿਉਂ ਨਹੀਂ ਆਏ ਹੁਣ ਜਿਹੜੀ ਯੂਪੀ ਚ ਕੱਲ ਗੱਲ ਹੋਈ ਆ ਉਥੇ ਪਿਛਲਿਆਂ ਸਾਲਾਂ ਨਾਲ ਪਿਛਲੀਆਂ ਦੋਵਾਂ ਚੋਣਾਂ 2017 ਤੇ 2012 ਨਾਲੋਂ ਵੋਟ ਪਰਸੈਂਟੇਜ ਡਿੱਗੀ ਆ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਦੇ ਆਪਣੇ ਹਲਕੇ ਚ ਬਹੁਤ ਘੱਟ ਵੋਟ ਪਈ ਸਮਝਿਆ ਜਾਂਦਾ ਕਿ ਜੇ ਉਥੇ ਬਹੁਤ ਵੱਧ ਵੋਟ ਪਵੇ ਤੋ ਭਾਜਪਾ ਦੇ ਪੱਖ ਚ ਹੁੰਦੀ ਆ ਕਿਉਂਕਿ ਜਨੂਨੀ ਵੋਟਰ ਬਹੁਤ ਕਟੜਪੰਥੀ ਵੋਟਰ ਹੋਮ ਹੁਮਾ ਕੇ ਜਾਂਦਾ ਤੇ ਦੂਜਿਆਂ ਨੂੰ ੱਤੇ ਨਾਲ ਲੈ ਕੇ ਜਾਂਦਾ ਤੇ ਜੇ ਵੋਟ ਪਰਸੈਂਟੇਜ ਘਟ ਜਾਵੇ ਤੇ ਸਮਝਿਆ ਜਾਂਦਾ ਇਹੋ ਜੀ ਪਾਰਟੀ ਨੂੰ ਕੋਈ ਕਸਰਾ ਲੱਗ ਸਕਦਾ ਉਹਦਾ ਨੁਕਸਾਨ ਹੋ ਸਕਦਾ ਐਸ ਵਾਰੀ ਕਿਹੜੀ ਆਵਾਗ ਕੀ ਕੋਈ ਨਹੀਂ ਪਤਾ ਰੌਲਾ ਵਕੀਰ ਨੇ ਅੱਜ ਬਹੁਤ ਪਿੰਦਾ ਰਿਆ ਜਿੱਥੇ ਸਭ ਥਾਵਾਂ ਤੇ ਭਗਵਾ ਰੰਗ ਫੇਰਿਆ ਜਾ ਰਿਹਾ ਸੀ ਉਥੇ ਅਯੁੱਧਿਆ ਵਾਲਾ ਜਿਹੜਾ ਸਟੇਸ਼ਨ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਉਥੋਂ ਦੇ ਜਿਲ੍ਹਾ ਮਜਿਸਟ੍ਰੇਟ ਦੇ ਆਪਣੇ ਬੋਰਡ ਦੇ ਉੱਤੇ ਭਗਵਾ ਬੁਝਾ ਕੇ ਤੇ ਹਰਾ ਰੰਗ ਕਰ ਦਿੱਤਾ ਗਿਆ ਔਰ ਵੋਟਾਂ ਪੈਣ ਵਾਲੇ ਦਿਨ ਕਰ ਦਿੱਤਾ ਗਿਆ ਇਹਦਾ ਕੀ ਮਤਲਬ ਨਿਕਲਦਾ ਇਹ ਕੁਝ ਲੋਕੀਂ ਇਸ਼ਾਰਿਆਂ ਨੂੰ ਸਮਝਦੇ ਆ ਬਾਕੀ ਤਾਂ ਬਈ ਇਸ਼ਾਰੋਂ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਣੇ ਦਿਓ ਜੀ ਪੰਸਾ ਸਾਨੂੰ ਵੀ ਇਸ਼ਾਰਾ ਸਮਝਣਾ ਪੈਣਾ ਘੜੀ ਕਿਉਂਕਿ ਟਿਕ ਟਿਕ ਕਰਦੀ ਅੱਗਲ ਵੱਧਦੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਖਬਰਾਂ ਤੇ ਚਰਚਾ ਕੀਤੀ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਇਜਾਜ਼ਤ ਦਿੱਕਤ ਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ